ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਤੋਂ ਇੱਕ ਵਾਰੀ ਫਿਰ ਲਾਈਵ ਹੋਏ ਹਾਂ ਤੁਹਾਡੇ ਲਈ ਲੇਟੈਸਟ ਕਲੈਕਸ਼ਨ ਲੈ ਕੇ। ਅੱਜ ਥੋੜ੍ਹਾ ਚੇਂਜ ਕਰਾਂਗੇ ਕਿਉਂਕਿ ਥੋੜ੍ਹਾ ਬ੍ਰਾਈਡਲ ਸੀਜ਼ਨ ਆਉਣ ਵਾਲਾ ਹੈ ਨਾ, ਉਹਦੇ ਲਈ ਜਿਹੜੇ ਵੀ ਨਿਊ ਡਿਜ਼ਾਈਨ ਲਾਂਚ ਹੋ ਰਹੇ ਨੇ ਨਾ, ਉਹ ਤੁਹਾਨੂੰ ਸ਼ੋਅ ਕਰਾਂਗੇ ਅੱਜ। ਪੀਸ ਆਣ ਕੇ ਸਿਲੈਕਟਿਡ ਹੀ, ਠੀਕ ਹੈ ਜੀ। ਜਿਹੜੇ ਵੀ ਨਵੇਂ ਡਿਜ਼ਾਈਨ ਨੇ, ਜਿੰਨੇ ਵੀ ਰਿਸੈਪਸ਼ਨ ਲਈ, ਰਿੰਗ ਸੈਰਾਮਨੀ ਲਈ ਜਾਂ ਬ੍ਰਾਈਡਲ ਲਈ, ਉਹ ਤੁਹਾਨੂੰ ਸ਼ੋਅ ਕਰਾਂਗੇ ਲਹਿੰਗੇ ਸਾਰੇ ਅੱਜ। ਜਿੰਨੇ ਵੀ ਡਿਜ਼ਾਈਨ ਨਵੇਂ ਆਏ ਨਾ, ਫੈਬਰਿਕ ਵਾਈਜ਼ ਜਾਂ ਡਿਜ਼ਾਈਨਿੰਗ ਵਾਈਜ਼, ਕਲਰ ਮੈਚਿੰਗ ਸਭ ਅਲੱਗ ਅਲੱਗ ਹੋਏਗੀ। ਅਤੇ ਅੱਜ ਦਾ ਇੱਕ ਵਾਰੀ ਤੁਹਾਨੂੰ ਇਨਫੋਰਮੇਸ਼ਨ ਦੇ ਦਈਏ, ਜਿਹੜੀ ਸਾਡੀ ਵਟਸਐਪ ਨੰਬਰਾਂ ਦੀ ਹੈ ਨਾ, ਆਹ ਸਾਡੇ ਵਟਸਐਪ ਨੰਬਰ ਨੇ ਅਤੇ ਇਹਨਾਂ ਦੇ ਰੇਟ ਹਜੇ ਲੱਗਣੇ ਨੇ ਜਿੰਨੇ ਵੀ ਨੇ। ਆਹ ਸਾਡੇ ਵਟਸਐਪ ਨੰਬਰ ਨੇ, ਆਹ ਨੰਬਰਾਂ 'ਤੇ ਤੁਸੀਂ ਕੋਲ ਕਰਕੇ ਜਾਂ ਮੈਸੇਜ ਕਰਕੇ ਆਪਣੇ ਆਰਟੀਕਲ ਬੁੱਕ ਕਰਵਾ ਸਕਦੇ ਹੋ, ਠੀਕ ਹੈ ਜੀ। ਇਹਦੀ ਓਨਲੀ ਬੁਕਿੰਗ ਚੱਲੇਗੀ, ਸਾਰੇ ਔਰਡਰ ਵਾਲੇ ਪੀਸਿਸ ਨੇ ਜਿੰਨੇ ਵੀ ਡਿਜ਼ਾਈਨ ਨਵੇਂ ਆਏ ਨੇ, ਠੀਕ ਹੈ ਜੀ। ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਵੱਧ ਤੋਂ ਵੱਧ ਲਾਈਕ ਕਰਿਓ। ਅਤੇ ਜਿਹੜੀ ਰੇਂਜ ਹੈ ਉਹ ਅਪਰੋਕਸੀਮੇਟਲੀ ਇਹਦੀ ਰੇਂਜ ਹੋਏਗੀ 50 ਤੋਂ ਲੈ ਕੇ 150 ਤੱਕ ਜੀ, ਇਹਦੇ ਦੇ ਵਿੱਚ ਵਿੱਚ ਹੋਏਗੀ ਸਾਰੀ ਰੇਂਜ ਇਹਨਾਂ ਦੀ। ਅਤੇ ਸ਼ੁਰੂ ਕਰ ਰਹੇ ਹਾਂ ਅੱਜ ਦਾ ਆਈਟਮ ਨੰਬਰ 1 ਤੋਂ। ਬਿਊਟੀਫੁੱਲ ਕੋਪਰ ਕਲਰ ਹੈ ਜੀ, ਸਾਰਾ ਲੈਦਰ ਦੇ ਨਾਲ ਸੀਕੁਐਂਸ ਦਾ ਵਰਕ ਆਏਗਾ। ਆ ਇਹਦਾ ਬਲਾਊਜ਼ ਬਣਿਆ, ਇਹ ਸਭ ਡਿਜ਼ਾਈਨਰ ਦੇ ਸੈਲੀਬ੍ਰਿਟੀ ਜਿਹੜੇ ਨਵੇਂ ਲਾਂਚ ਹੋਏ ਨਾ ਫੈਬਰਿਕ ਔਰ ਕਲਰ, ਇਹ ਉਹ ਸ਼ੋਅ ਕਰ ਰਿਹਾ ਤੁਹਾਨੂੰ ਅੱਜ, ਠੀਕ ਹੈ ਜੀ। ਬਲਾਊਜ਼ ਦਾ ਸਟਿਚਿੰਗ ਆਰਟ ਦੇਖੋ, ਬਲਾਊਜ਼ ਕੱਟ ਚੋਲੀ ਹੈਗੀ ਇਹਦੀ, ਪੂਰਾ ਸਾਰਾ ਲੈਦਰ ਦੇ ਨਾਲ ਬਣਿਆ ਹੋਇਆ ਕੰਮ ਹੈ। ਸੀਕੁਐਂਸ ਹੈਂਗਿੰਗ ਵਗੈਰਾ ਫਾਈਨ ਹੋਣਗੇ, ਬੜਾ ਹੀ ਨੀਟ ਐਂਡ ਕਲੀਨ ਕੰਮ ਹੈ ਜੀ। ਆਹ ਲਹਿੰਗਾ ਦੇਖੋ, ਇਹਦਾ ਲਹਿੰਗੇ ਦੀ ਬੈਲਟ 'ਤੇ ਵਰਕ ਹੈ, ਇਸ ਤਰ੍ਹਾਂ ਪੂਰਾ ਆਲ ਓਵਰ ਲਹਿੰਗਾ ਆਏਗਾ, ਫੈਵੀ ਪੂਰੇ ਫਲੇਅਰ ਵਾਲੇ ਲਹਿੰਗੇ ਹੋਣਗੇ ਜੀ। ਦੂਣੀ ਖੜੇ ਹੋ ਗਈ ਭਾਈ, ਆਹ ਦੇਖੋ, ਹਾਂ ਇੱਥੇ ਆਉਂਦਾ ਕਲਰ, ਆਹ ਦੇਖੋ ਕਲਰ ਆਏਗਾ ਕੋਪਰ ਰਸਟ, ਡਾਰਕ ਕੋਪਰ ਰਸਟ ਕਲਰ ਹੈ, ਬਿਊਟੀਫੁੱਲ ਵਰਕ ਹੈਗਾ। ਨੇੜੇ ਕਰਕੇ ਤੁਹਾਨੂੰ ਆਹ ਸ਼ੋਅ ਕਰਦੇ ਵਰਕ ਵੀ ਇਹਦਾ, ਆਹ ਦੇਖੋ ਆਹ ਵਰਕ ਹੋਇਆ ਲਹਿੰਗੇ 'ਤੇ, ਸਾਰਾ ਲੈਦਰ ਦੇ ਵਿੱਚ ਵੀ ਨੇ, ਸੀਕੁਐਂਸ ਹੈ, ਲੈਦਰ ਹੈ, ਟੋਟਲ ਡਿਫਰੈਂਟ ਵਰਕ ਹੈ ਜੀ। ਜਿੰਨੇ ਵੀ ਨਿਊ ਡਿਜ਼ਾਈਨ ਨੇ ਨਾ, ਤੁਹਾਨੂੰ ਉਹ ਸ਼ੋਅ ਕਰਾਂਗੇ ਸਾਰੇ ਅੱਜ। ਇਹਦਾ ਦੁਪੱਟਾ ਜਿਹੜਾ ਆਏਗਾ ਨੈੱਟ ਦਾ ਆਏਗਾ ਜੀ, ਆਹ ਦੁਪੱਟਾ, ਦੁਪੱਟੇ ਦੇ ਵਿੱਚ ਬੂਟੀ ਹੋਏਗੀ, ਬੋਰਡਰ ਹੈ, ਸਾਰਾ ਸੇਮ ਵਰਕ ਦਾ ਬੋਰਡਰ ਹੈ, ਸਾਰਾ ਟੋਟਲ ਹੈਂਡ ਵਰਕ ਹੈ, ਔਰ ਕਲਰ ਬੜਾ ਨਾਈਸ ਹੈ ਜੀ, ਵੈਰੀ ਪ੍ਰੀਟੀ ਬਿਊਟੀਫੁੱਲ ਕਲਰ ਹੈ, ਕੋਪਰ ਰਸਟ। ਇਹ ਹੈਗਾ 2 ਪੀਸ ਲਹਿੰਗਾ ਚੋਲੀ ਹੈ ਜੀ, ਇਹ ਹੈਗੀ ਅੱਜ ਦੀ ਆਈਟਮ ਨੰਬਰ ਜਿਹੜੀ ਹੈਗੀ ਹੈ 1 ਹੈ, ਆਈਟਮ ਨੰਬਰ 1 ਸਾਡੀ ਅੱਜ ਦੀ ਲਹਿੰਗਾ ਹੈ, ਲਹਿੰਗਾ ਚੋਲੀ ਰਸਟ ਕਲਰ ਦਾ ਆਈਟਮ ਨੰਬਰ 1, ਠੀਕ ਹੈ ਜੀ। ਆਹ ਵੀ ਨੰਬਰ ਜਿਹੜਾ ਪਾਇਆ ਤੁਸੀਂ, ਆਹ ਨੰਬਰ 'ਤੇ ਵੀ ਕੋਲ ਕਰਕੇ ਆਪਣਾ ਆਰਟੀਕਲ ਬੁੱਕ ਕਰਵਾ ਸਕਦੇ ਹੋ। ਬਿਊਟੀਫੁੱਲ ਲਹਿੰਗਾ ਚੋਲੀ ਆਈਟਮ ਨੰਬਰ 1 ਰਸਟ ਕਲਰ ਦਾ ਲਹਿੰਗਾ ਚੋਲੀ ਹੈ ਜੀ। ਇਹ ਬ੍ਰਾਈਡਲ ਵੇਅਰ ਕਲੈਕਸ਼ਨ ਹੈਗੀ, ਜਿਹੜੇ ਨਵੇਂ ਡਿਜ਼ਾਈਨ ਆਏ ਨਾ ਤੁਹਾਨੂੰ ਉਹ ਸ਼ੋਅ ਕਰ ਰਹੇ ਹਾਂ ਸਾਰੇ। ਸਿਲੈਕਟਿਡ ਪੀਸ ਹੈ, ਸ਼ੋਰਟ ਵੀਡੀਓ ਹੈਗੀ ਅੱਜ ਦੀ, ਠੀਕ ਹੈ ਜੀ। ਹੁਣ ਨੈਕਸਟ ਆਰਟੀਕਲ ਆਏਗਾ ਜਿਹੜਾ, ਆਹ ਲਓ ਜੀ, ਇਹ ਆਏਗਾ ਰਸਟ ਕਲਰ ਦੇ ਵਿੱਚ, ਡਿਜ਼ਾਈਨਰ ਅਨੀਤਾ ਡੋਂਗਰੇ ਸਟਾਈਲ। ਚੋਲੀ ਦੇਖੋ ਪੂਰੀ ਸਾਰੇ ਡੋਰੀ ਵਰਕ ਦੇ ਵਿੱਚ ਸਿਲਿਆ ਹੈ, ਨੀਟ ਐਂਡ ਕਲੀਨ ਵਰਕ ਹੈ, ਇਹ ਪਿਓਰ ਔਰਗੈਂਜ਼ਾ ਨੈੱਟ ਦੇ ਉੱਪਰ ਬਣਿਆ ਜੀ। ਪੂਰੀ ਚੋਲੀ ਸੱਭਿਆ ਸਾਚੀ ਸਟਾਈਲ ਚੋਲੀ ਹੈ, ਫੁੱਲ ਸਲੀਵ ਚੋਲੀ ਆਏਗੀ ਹੈ, ਦੇਖੋ ਪੂਰੀ ਸਲੀਵਸ 'ਤੇ ਹੀ ਵਰਕ ਹੈ, ਆਹ ਸਲੀਵਸ ਆਉਣਗੇ ਜੀ। ਔਰ ਲਹਿੰਗੇ 'ਤੇ ਕੰਮ ਦੇਖੋ ਜੀ, ਆਹ ਲਓ ਟੋਟਲ ਡੋਰੀ ਦੇ ਨਾਲ ਸੀਕੁਐਂਸ ਸਿਲੀ ਹੈ, ਜ਼ਰਕੋਨ ਹੈ, ਹਲਕੀ ਹਲਕੀ ਸ਼ਾਈਨਿੰਗ ਹੈ, ਸਾਰਾ ਮੈਟ ਲੁੱਕ ਦੇ ਵਿੱਚ ਹੈ। ਆਹ ਲਹਿੰਗਾ ਆਏਗਾ ਨੀਚੇ, ਔਰ ਇਹਦੀ ਖਾਸੀਅਤ ਹੈ ਕਿ ਇਹਦੇ ਨਾਲ ਦੁਪੱਟੇ ਆਏ 2, ਇੱਕ ਦੁਪੱਟਾ ਜਿਹੜਾ ਆਏਗਾ ਨੈੱਟ ਦਾ ਆਏਗਾ, ਜਾਲ ਵਾਲਾ ਵਿਦ ਹੈਂਡ ਵਰਕ ਬੋਰਡਰ, ਸਾਰਾ ਜਾਲ ਹੈ ਹੈਂਡ ਦਾ ਦੁਪੱਟੇ ਦੇ ਵਿੱਚ। ਅਤੇ ਇੱਕ ਦੂਸਰਾ ਦੁਪੱਟਾ ਜਿਹੜਾ ਆਏਗਾ ਟਿਸ਼ੂ ਔਰਗੈਂਜ਼ਾ ਦਾ, ਆਹ ਦੇਖੋ ਪਿਓਰ ਟਿਸ਼ੂ ਦਾ ਦੁਪੱਟਾ ਹੈ, ਇਹਦੇ ਉੱਪਰ ਵੀ ਸੇਮ ਵਰਕ ਹੋਏਗਾ ਸਾਰਾ ਹੈਂਡ ਦਾ, 4 ਸਾਈਡ ਬੋਰਡਰ ਵਿਦ ਬੂਟੀ ਆਏਗੀ ਜੀ, ਵੈਰੀ ਕਲਾਸੀਕਲ, ਬਹੁਤ ਹੀ ਰਿਚ ਲੁੱਕ ਹੈ, ਬੜਾ ਹੀ ਪਿਆਰਾ ਕਲਰ ਹੈ, ਰਸਟ ਕਲਰ ਦੇ ਵਿੱਚ ਲਹਿੰਗਾ ਹੈ, ਪ੍ਰੋਪਰ ਬ੍ਰਾਈਡਲ ਵੇਅਰ ਹੈ ਜੀ। ਲਓ ਜੀ, ਇਹਨਾਂ 'ਤੇ ਥੋੜ੍ਹਾ ਟਾਈਮ ਲਗਾਵਾਂਗੇ ਤੁਹਾਨੂੰ ਦਿਖਾਉਣ ਲਈ ਨਾ, ਕਿਉਂਕਿ ਪ੍ਰੋਪਰ ਨਜ਼ਰ ਆਏ ਵੀਡੀਓ ਦੇ ਵਿੱਚ ਕੀ ਵਰਕ ਹੈ, ਕੀ ਸਟਾਈਲ ਹੈ, ਕੀ ਕਲਰ ਹੈ। ਇਹ ਬ੍ਰਾਈਡਲ ਦੀ ਨਿਊ ਕਲੈਕਸ਼ਨ ਹੈ, ਜਿਹੜੇ ਨਵੇਂ ਇੰਗਲਿਸ਼ ਕਲਰ ਚੱਲੇ ਨੇ ਨਾ, ਤੁਹਾਨੂੰ ਉਹ ਦਿਖਾ ਰਹੇ ਹਾਂ ਜੀ। ਜਿੱਦਾਂ ਇਹ ਕੋਪਰ ਦਿਖਾਇਆ, ਹੁਣ ਇਹ ਰਸਟ ਆ ਗਿਆ, ਇਹ ਨਏ ਨਿਊ ਐਡੀਸ਼ਨ ਹੈਗੀ ਹੈ ਸਾਰੀ ਬ੍ਰਾਈਡਲ ਦੇ ਵਿੱਚ। ਲਓ ਲਓ ਬੇਟਾ, ਆਈਟਮ ਨੰਬਰ ਕਿੰਨੀ ਅੱਜ ਦੀ ਹੈ,
ਆਈਟਮ ਨੰਬਰ 2 ਹੈ ਜੀ। ਆ ਲਓ ਜੀ, ਆਈਟਮ ਨੰਬਰ 2 ਲਹਿੰਗਾ ਚੋਲੀ ਰਸਟ ਕਲਰ, ਇਹ ਦੋ ਦੁਪੱਟਿਆਂ ਦੇ ਨਾਲ ਹੈ ਜੀ, ਦੋ ਦੁਪੱਟੇ ਆਣਗੇ ਇਹਦੇ। ਨੈਕਸਟ, ਅੱਛਾ ਫਲੋਰ ਰੱਖ ਲਿਆ, ਹਾਂ ਠੀਕ ਹੈ, ਕੋਈ ਦਿੱਕਤ ਨਹੀਂ, ਫਲੋਰ 'ਤੇ ਰਖਾ। ਨੈਕਸਟ ਆਰਟੀਕਲ ਹੈਗਾ ਜੀ, ਇਹ ਤੁਹਾਡਾ ਮਤਲਬ ਰਿੰਗ ਸੈਰਾਮਨੀ ਵੀ ਆ, ਰਿਸੈਪਸ਼ਨ ਲਈ ਬਿਊਟੀਫੁਲ ਕੰਸੈਪਟ ਹੈਗਾ। ਇਹਦਾ ਕੰਮ ਦੇਖਣਾ ਤੁਹਾਨੂੰ, ਪਿਓਰ ਰੋਜ਼ ਸਿਲਕ ਦੇ ਉੱਪਰ ਹੈ ਜੀ, ਇਹ ਸਾਰਾ ਰੀਅਲ ਮਿਰਰ ਦੇ ਵਿੱਚ ਬਣਿਆ। ਆਪਾਂ ਬੈਲਟ ਤੋਂ ਸ਼ੁਰੂ ਕਰਦੇ ਹਾਂ, ਪਹਿਲੇ ਤੁਹਾਨੂੰ ਲਹਿੰਗਾ ਸ਼ੋਅ ਕਰਦੇ ਹਾਂ, ਫਿਰ ਚੋਲੀ ਦਿਖਾਵਾਂਗੇ ਅਤੇ ਫਿਰ ਦੁਪੱਟਾ ਲਗਾਵਾਂਗੇ ਨਾਲ। ਆ ਦਿਓ, ਇਸ ਤਰ੍ਹਾਂ ਲਹਿੰਗੇ 'ਤੇ ਵਰਕ ਹੈ ਜੀ। ਬੇਬੀ ਪਿੰਕ ਕਲਰ ਦਾ ਟੋਟਲ ਹੈਂਡਵਰਕ ਦਾ ਲਹਿੰਗਾ ਹੈ, ਨੀਟ ਕਲੀਨ ਵਰਕ ਹੈ ਟੋਟਲ ਸਾਰਾ ਇਹਦੇ ਵਿੱਚ। ਪਰਲ ਦਾ ਵਰਕ ਹੈ, ਮਿਰਰ ਦਾ ਹੈ, ਜ਼ਰਕੋਨ ਹੈ, ਸੀਕੁਐਂਸ ਹੈ, ਪੂਰਾ ਫਲੇਅਰ ਵਾਲਾ ਲਹਿੰਗਾ ਆਏਗਾ ਜੀ। ਅਦੇ ਘੁਮਾਓ ਬੇਟਾ, ਤਾਂ ਫਲੇਅਰ ਇੱਕ ਵਾਰੀ ਦਿਖਾਓ ਇਹਨਾਂ ਨੂੰ ਲਹਿੰਗੇ ਦਾ। ਪਿਓਰ ਸਿਲਕ ਦੇ ਉੱਪਰ ਹੈ, ਆਹ ਦੇਖੋ, ਪੂਰਾ ਹੈਵੀ ਲੁੱਕ ਪੀਸ ਹੈ, ਪ੍ਰੋਪਰ ਬ੍ਰਾਈਡਲ ਵੇਅਰ ਜੀ। ਲਓ ਜੀ, ਆਹ ਲੁੱਕ ਆਏਗੀ ਚੋਲੀ ਜਿਹੜੀ ਹੈ, ਸੱਭਿਆਸਾਚੀ ਸਟਾਈਲ ਦੀ ਹੈ, ਪੂਰੀ ਚੋਲੀ ਹੈਵੀ ਵਰਕ ਵਾਲੀ ਚੋਲੀ ਹੋਏਗੀ। ਆਹ ਦੇਖੋ ਚੋਲੀ ਦਾ ਕੱਟ ਦੇਖੋ, ਸਵੀਟ ਹਾਰਟ ਨੈਕ ਕਿੱਦਾਂ ਬਣਿਆ ਹੋਏਗਾ, ਫੁੱਲ ਬਾਜ਼ੂ ਹੈ ਜੀ, ਪੂਰੇ ਵਰਕ ਵਾਲੇ ਫੁੱਲ ਬਾਜ਼ੂ ਹੈ। ਆਹ ਦੇਖੋ ਪੂਰੀ ਬਾਜ਼ੂ ਦੇ ਵਰਕ ਹੈ, ਡਿਜ਼ਾਈਨਰ ਹੈ ਬਾਜੀ ਹੈ, ਔਰ ਬੈਕ ਵੀ ਇਹਦੀ ਡਿਜ਼ਾਈਨਰ ਹੈ, ਬੈਕ ਵੀ ਦਿਖਾ ਰਹਾ ਜੀ ਚੋਲੀ ਦੀ। ਆਹ ਬੈਕ ਆਏਗੀ ਇਸ ਤਰ੍ਹਾਂ ਡੀਪ ਹੋਏਗਾ, ਵਿਦ ਡੋਰੀ ਹੈਗੀ ਬੈਕ 'ਤੇ। ਬੇਬੀ ਪਿੰਕ ਕਲਰ ਹੈ ਜੀ, ਪਿਓਰ ਸਿਲਕ ਦੇ ਵਿੱਚ ਲਹਿੰਗਾ ਚੋਲੀ ਹੈ, ਅਲਟੀਮੇਟ ਕਲੈਕਸ਼ਨ ਹੈਗੀ ਹੈ ਜੀ, ਅਲਟੀਮੇਟ ਡਿਜ਼ਾਈਨ ਹੈ। ਦੁਪੱਟਾ ਲਗਾ ਦਿਓ ਬੇਟੇ ਚੋਲੀ ਕੇ ਸਾਥ ਨਾ, ਹੁਣ ਤੁਹਾਨੂੰ ਦਿਖਾਉਂਦੇ ਹਾਂ ਤਾਂ ਦੁਪੱਟਾ ਸ਼ੋਅ ਕਰਦੇ ਹਾਂ। ਦੁਪੱਟਾ ਤਾਂ ਆਲਰੇਡੀ ਤੁਹਾਨੂੰ ਪਤਾ ਕਿ ਜਿੰਨੀ ਵੀ ਆਪਾਂ ਵੈਸੇ ਵੀ ਸੂਟਸ ਜਿਹੜੇ ਲਾਈਫ 'ਚ ਦਿਖਾਉਂਦੇ ਹਾਂ ਨਾ, ਇਹ ਤਾਂ ਬ੍ਰਾਈਡਲ ਕਲੈਕਸ਼ਨ ਹੈਗੀ, ਦੁਪੱਟੇ ਉਹਨਾਂ ਦੇ ਵੀ ਬਹੁਤ ਸੋਹਣੇ ਬੰਦੇ ਆ, ਇਹਨਾਂ ਦਾ ਤਾਂ ਦੁਪੱਟਾ ਵੈਸੇ ਹੀ ਬਹੁਤ ਅੱਛੇ ਬਣੇ ਹੋਏ ਆ। ਸਕੈਲਪਿੰਗ ਦੇ ਵਿੱਚ ਦੁਪੱਟਾ ਜੀ, ਸਾਰਾ ਟੋਟਲ ਹੈਂਡ ਵਰਕ ਹੈ, ਵਿਦ ਇੱਦਾਂ ਸੀਕੁਐਂਸ ਔਰ ਸ਼ੀਸ਼ੇ ਮਿਰਰ ਸਭ ਲੱਗੇ ਹੋਣਗੇ ਇਹਦੇ ਵਿੱਚ। ਆ ਦੇਖੋ ਆਹ ਲੁੱਕ ਹੈਗੀ ਹੈ ਜੀ, ਵਰਕ ਦੇਖੋ ਨੇੜੇ ਕਰਕੇ ਦਿਖਾਉਂਦੇ ਹਾਂ ਤੁਹਾਨੂੰ। ਬੇਬੀ ਪਿੰਕ ਕਲਰ ਦਾ 2 ਪੀਸ ਲਹਿੰਗਾ ਚੋਲੀ ਹੈ, ਫੁੱਲ ਬਾਜ਼ੂ ਨਾਲ, ਪਿਓਰ ਸਿਲਕ ਦਾ ਕੰਸੈਪਟ ਹੈਗਾ ਜੀ ਇਹ। ਦੁਪੱਟਾ ਵੀ ਪੂਰਾ ਹੈਵੀ ਹੈ, ਲਹਿੰਗਾ ਵੀ ਪੂਰਾ ਹੈਵੀ ਲੁੱਕ ਹੈ, ਚੋਲੀ ਵੀ ਨਾਈਸ ਹੈਗੀ ਹੈ। ਲਓ ਜੀ, ਇਹ ਹੈਗੀ ਹੈ ਅੱਜ ਦੀ ਆਈਟਮ ਨੰਬਰ 3 ਹੈ ਜੀ ਸਾਡੀ। ਆਈਟਮ ਨੰਬਰ 3 ਬੇਬੀ ਪਿੰਕ ਲਹਿੰਗਾ ਚੋਲੀ। ਚਲ ਬੇਟਾ ਨੈਕਸਟ, ਨੈਕਸਟ ਆਰਟੀਕਲ ਆਏਗਾ ਜੀ ਨੇਵੀ ਬਲੂ ਕਲਰ, ਔਰ ਇਹਦਾ ਵਰਕ ਦੇਖੋ, ਉੱਪਰ ਕੰਟਰਾਸਟ ਵਰਕ ਹੈਗਾ ਸਾਰਾ, ਜੁਐਲਰੀ ਵਰਕ ਹੈ ਟੋਟਲ। ਆਹ ਬੈਲਟ ਤੋਂ ਸ਼ੋਅ ਕਰਕੇ ਦਿਖਾ ਰਿਹਾ ਤੁਹਾਨੂੰ, ਕੋਪਰ ਕਲਰ ਦੇ ਕੰਟਰਾਸਟ ਦੇ ਨਾਲ, ਇਹਦੇ ਬਲੂ ਦੇ ਨਾਲ ਨਾ। ਆ ਲਓ, ਡਾਇਮੰਡ ਲੁੱਕ ਸ਼ਾਈਨਿੰਗ ਹੈਗੀ ਹੈ ਸਾਰੀ ਮੈਟ ਦੀ, ਟੋਟਲ ਹੈਂਡ ਵਰਕ ਹੈ, ਪਿਓਰ ਸਿਲਕ ਦਾ ਲਹਿੰਗਾ ਚੋਲੀ ਹੈ ਜੀ ਇਹ। ਆਹ ਪੂਰੇ ਲਹਿੰਗੇ 'ਤੇ ਇਸ ਤਰ੍ਹਾਂ ਵਰਕ ਆਏਗਾ ਜੀ, ਆਹ ਦੇਖੋ, ਫੁੱਲ ਲਹਿੰਗਾ ਵਰਕ ਵਾਲਾ ਹੈਗਾ ਜੀ, ਹੈਵੀ ਲੁੱਕ ਲਹਿੰਗਾ, ਕਟਦਾਨਾ, ਸੀਕੁਐਂਸ, ਜ਼ਰਕੋਨ ਸਾਰਾ ਮਿਕਸ ਹੈਗਾ ਇਹਦੇ 'ਚ। ਆਹ ਮੋਟਿਵ ਬਣੇ ਹੋਣਗੇ ਨਾ ਪ੍ਰੋਪਰ, ਕਿ ਜਾਲ ਨਹੀਂ ਹੈਗਾ, ਇਹ ਡਿਜ਼ਾਇਨ ਦਾ ਇਫੈਕਟ ਨਜ਼ਰ ਆਵੇ, ਇਹ ਉਹ ਕੰਸੈਪਟ ਹੈਗੇ ਨੇ। ਆਹ ਦੇਖੋ ਬ੍ਰਾਈਡਲ ਵੀ ਨੇ ਅਤੇ ਬੇਸ ਵੀ ਨਜ਼ਰ ਆਏਗਾ, ਤਾਂ ਕਿ ਮੋਟਿਵ ਬਣੇ ਹੈ ਕਿ ਨਾ ਲੁੱਕ ਅੱਛੀ ਆਵੇ ਇਹਦੀ। ਆ ਇਹਦੀ ਬੈਲਟ ਵੀ ਆਈ ਹੈ ਜੀ ਨਾਲ, ਵੇਸਟ ਲਈ ਬੈਲਟ ਵੀ ਹੈ, ਪਿਓਰ ਸਿਲਕ ਦਾ ਲਹਿੰਗਾ ਚੋਲੀ ਦਿਖਾਓ ਜੀ, ਚੋਲੀ ਵੀ ਵੈਰੀ ਨਾਈਸ ਹੈ ਜੀ। ਆਹ ਦੇਖੋ ਆਹ ਚੋਲੀ ਬਣੀ ਹੈ ਇਹਦੀ, ਪੂਰੀ ਹੈਵੀ ਹੈ, ਹੈਂਡ ਵਰਕ ਨਾਲ ਚੋਲੀ ਬਣੀ ਹੈ, 3-4 ਸਲੀਵਸ ਆਣਗੇ ਨਾਲ, ਪੂਰਾ ਨੀਚੇ ਤੱਕ ਵਰਕ ਹੈਗਾ। ਦੇਖੋ ਚੋਲੀ ਦੇ ਬੈਕ ਵੀ ਸ਼ੋਅ ਕਰਦੇ ਹਾਂ, ਬੈਕ ਫਰੰਟ ਦੋਨੋਂ ਦਿਖਾ ਦੇ ਰਹੇ। ਆਹ ਬੈਕ ਆਏਗੀ ਇਸ ਤਰ੍ਹਾਂ ਡੀਪ ਆਏਗੀ ਬੈਕ, ਕੱਟ ਨਵਾਂ ਚੋਲੀ ਦਾ ਵੀ, ਬਹੁਤ ਪਿਆਰਾ ਕੰਸੈਪਟ ਹੈ ਵੀ, ਨੇਵੀ ਬਲੂ ਕਲਰ ਦਾ ਲਹਿੰਗਾ ਚੋਲੀ ਹੈ। ਦੁਪੱਟਾ ਲਗਾ ਦਿਓ ਬੇਟਾ, ਲਓ ਜੀ ਆਹ ਦੁਪੱਟਾ ਆਏਗਾ, ਸਕੈਲਪਿੰਗ ਦੇ ਵਿੱਚ ਹੀ ਦੁਪੱਟਾ ਹੈ, ਸੇਮ ਕਲਰ ਦਾ ਦੁਪੱਟਾ ਜੀ, ਨੇਵੀ ਬਲੂ ਕਲਰ ਦਾ ਹੀ ਦੁਪੱਟਾ ਹੈ। ਇਹ ਸਾਰੀ ਬ੍ਰਾਈਡਲ ਕਲੈਕਸ਼ਨ ਹੈਗੀ ਹੈ ਜਿੰਨੀ ਵੀ ਸ਼ੋਅ ਕਰ ਰਿਹਾ। ਦੁਪੱਟਾ ਵੀ ਬਹੁਤ ਐਲੀਗੈਂਟ ਹੈ ਜੀ ਨਾ, ਦੁਪੱਟੇ 'ਤੇ ਨਾ ਬੀਟਸ ਵਗੈਰਾ ਲੱਗ ਜਾਂਦੇ ਨੇ 4-sided, ਦੁਪੱਟੇ ਦੀ ਹੋਰ ਲੁੱਕ ਅੱਛੀ ਆਏਗੀ। ਇਹ ਹੈਗਾ ਨੇਵੀ ਬਲੂ ਕਲਰ, ਪਿਓਰ ਰੋਜ਼ ਸਿਲਕ ਦੇ ਉੱਪਰ। ਆਈਟਮ ਨੰਬਰ ਅੱਜ ਦੀ ਹੈਗੀ ਹੈ 4 ਜੀ ਇਹ। ਲਓ ਜੀ ਆਈਟਮ ਨੰਬਰ 4 ਰੋਜ਼ ਸਿਲਕ ਦਾ ਬਲੂ ਲਹਿੰਗਾ ਚੋਲੀ, ਠੀਕ ਹੈ ਬੇਟਾ। ਨੈਕਸਟ,
ਪਹਿਲੇ ਤੁਹਾਨੂੰ ਥੋੜ੍ਹੇ ਡਿਫਰੈਂਟ ਕਲਰ ਦਿਖਾਉਣੇ, ਫਿਰ ਪ੍ਰੋਪਰ ਬ੍ਰਾਈਡਲ ਕਲਰ ਵੀ ਸ਼ੋਅ ਕਰਾਂਗੇ ਤੁਹਾਨੂੰ, ਜਿਹੜੇ ਥੋੜ੍ਹੇ ਇੰਗਲਿਸ਼ ਕਲਰ ਚੱਲ ਰਹੇ ਨਾ ਪਹਿਲੇ ਉਹ ਦਿਖਾ ਰਹੇ ਹਾਂ। ਸ਼ੈਂਪੇਨ ਗੋਲਡ ਨੈਕਸਟ ਜਿਹੜਾ ਆਰਟੀਕਲ ਆ ਰਿਹਾ, ਸ਼ੈਂਪੇਨ ਗੋਲਡ ਹੈ ਜੀ। ਆ ਲਓ, ਸਾਰਾ ਗੋਲਡ ਇਨ ਟੂ ਗੋਲ ਵਰਕ ਹੈ। ਆ ਲਓ, ਇਹ ਸਾਰਾ ਘੱਟ ਦਾਣੇ ਦੇ ਵਿੱਚ ਸਿਲਿਆ ਜੀ। ਆ ਦੇਖੋ, ਘੱਟ ਦਾਣੇ ਦੇ ਵਿੱਚ ਸਾਰਾ ਕੰਮ ਹੈ, ਹੈਂਡ ਵਰਕ ਦਾ। ਸ਼ੈਂਪੇਨ ਗੋਲਡ ਕਲਰ ਹੈ, ਇਹ ਨੈੱਟ ਦੇ ਉੱਪਰ ਬਣਿਆ। ਨੀਚੇ ਜਿਹੜਾ ਆਏਗਾ ਨਾ, ਸਿਲਕ ਦੀ ਲਾਈਨਿੰਗ ਆਏਗੀ ਇਹਦੇ, ਅਤੇ ਉਹਦੇ ਨਾਲ ਕੀ ਇਹਦੀ ਲੁੱਕ ਔਸਮ ਆ ਰਹੀ ਹੈ। ਸਿਲਕ ਦੀ ਲਾਈਨਿੰਗ ਦੇ ਨਾਲ ਨਾ ਨੈੱਟ ਦਾ ਉੱਪਰ ਸਾਰਾ ਵਰਕ ਜਿਹੜਾ ਜਾਲ ਬਣਿਆ, ਸਟਾਈਲਿਸ਼ ਬਣਿਆ ਜੀ। ਨਾਲ ਬੈਲਟ ਵੀ ਆਏਗੀ ਇੱਦਾਂ ਹੀ, ਹੈਂਡ ਵਰਕ ਦੀ ਸਾਰੀ। ਸ਼ੈਂਪੇਨ ਗੋਲਡ ਕਲਰ ਦਾ ਪੀਸ ਹੈ। ਟੂ ਪੀਸ ਲਹਿੰਗਾ ਚੋਲੀ ਹੈ ਵੀ ਜੀ, ਇਹਨੂੰ ਆਪਾਂ ਵਨ ਪੀਸ ਦੇ ਵਿੱਚ ਕਨਵਰਟ ਕਰਨਾ ਹੈ, ਵਨ ਪੀਸ ਦੇ ਵਿੱਚ ਵੀ ਕਨਵਰਟ ਹੋ ਜਾਏਗਾ। ਉਹ ਲਾਈਕਿੰਗ ਹੈ, ਜਿੱਦਾਂ ਕਸਟਮਰ ਲਾਈਕ ਕਰੇਗਾ ਉਦਾਂ ਇਹਦੀ ਆਲਟਰੇਸ਼ਨ ਵੀ ਹੋਏਗੀ। ਚੋਲੀ ਦਾ ਕੱਟ ਦੇਖੋ, ਵੈਰੀ ਨਾਈਸ ਬਿਊਟੀਫੁਲ ਚੋਲੀ ਬਣੀ ਹੈ ਜੀ। ਇਸ ਤਰ੍ਹਾਂ ਹੀ ਹੈਂਗਿੰਗ ਆਉਣਗੇ ਸਾਰੇ ਚੋਲੀ 'ਤੇ। ਬੈਕ ਵੀ ਸ਼ੋਅ ਕਰਦੇ ਰਾਜੇ, ਚੋਲੀ ਦੀ ਆਹ ਬੈਕ ਆਏਗੀ, ਬੈਕ ਵੀ ਪ੍ਰੋਪਰ ਅੱਛੀ ਬਣੀ ਹੋਈ ਹੈ। ਆਹ ਦੇਖੋ, ਮਤਲਬ ਡਿਜ਼ਾਈਨ ਜਿੰਨੇ ਵੀ ਨੇ ਨਾ, ਤੁਹਾਨੂੰ ਸਾਰੇ ਸੈਲੀਬ੍ਰਿਟੀ ਸਟਾਈਲ ਜਿਹੜੇ ਵੀ ਕੈਟਲੁੱਕ ਦੇ ਨਿਊ ਡਿਜ਼ਾਈਨ ਲਾਂਚ ਹੋ ਰਹੇ ਨੇ ਉਹ ਸ਼ੋਅ ਕਰ ਰਿਹਾ ਜੀ। ਜਿੰਨੇ ਵੀ ਡਿਜ਼ਾਈਨਰਸ ਬਣਾ ਰਹੇ ਨੇ, ਨਵੀਂ ਕਲਰ ਸਕੀਮ ਬਣਾ ਰਹੇ ਨੇ, ਨਵੇਂ ਵਰਕ ਲਾਂਚ ਕਰ ਰਹੇ ਨੇ, ਉਹ ਕਨਸੈਪਟ ਹੈਗੇ। ਦੁਪੱਟਾ ਵੀ ਅੱਛਾ, ਫੋਰ ਸਾਈਡ ਬਾਰਡਰ ਦੁਪੱਟਾ ਬਣਿਆ, ਸਾਰਾ ਹੈਂਡ ਵਰਕ ਦਾ ਦੁਪੱਟਾ ਜੀ। ਸ਼ੈਂਪੇਨ ਗੋਲਡ ਕਲਰ ਆਏਗਾ ਜੀ, ਇਹ ਵੈਰੀ ਬਿਊਟੀਫੁਲ ਕਲਰ ਹੈ, ਪ੍ਰੋਪਰ ਬ੍ਰਾਈਡਲ ਵੇਅਰ ਜੀ। ਲਓ ਜੀ, ਆਹ ਦੇਖੋ ਲੁੱਕ ਕਲਰ ਦੀ, ਲਓ ਲਿਆ ਬੇਟਾ। ਆਈਟਮ ਨੰਬਰ ਕਿਤਨਾ ਹੈ? ਆਈਟਮ ਨੰਬਰ ਇਹ ਹੈ ਜੀ 5। 5 ਨੰਬਰ ਆਈਟਮ ਹੈ ਸ਼ੈਂਪੇਨ ਗੋਲਡ ਕਲਰ ਦਾ ਲਹਿੰਗਾ ਚੋਲੀ। ਇਨਕੁਆਇਰੀ ਮੈਂ ਆਪਕੋ ਨੰਬਰ ਨਹੀਂ ਹੈ, ਆਪਕੋ ਪ੍ਰਾਈਜ਼ ਵੀ ਬਤਾਇਆ ਜਾਏਗਾ, ਠੀਕ ਹੈ ਨਾ। ਸਕਰੀਨਸ਼ੋਟ ਲੈ ਲਓ, ਜਿਸਕੋ ਵੀ ਜੋ ਪਸੰਦ ਆਤਾ ਨਾ, ਉਸਕਾ ਪ੍ਰਾਈਜ਼ ਆਪ ਕਨਫਰਮ ਕਰ ਸਕਤੇ ਹੋ ਹਮਾਰੇ ਵਟਸਐਪ ਨੰਬਰ ਪਰ, ਜੋ ਵੀ ਫੇਸਬੁੱਕ ਪੇ ਹੈ ਔਰ ਲਾਈਵ ਮੈਂ ਵੀ ਆਪਕੋ ਦਿਖਾ ਰਹਾ ਹੂੰ, ਨੰਬਰ ਜੋ ਡਾਲਾ ਹੂਆ ਨਾ ਉਸ ਪਰ ਆਪ ਕਰ ਸਕਤੇ ਹੋ, ਕਾਲ ਕਰਕੇ ਵੀ ਔਰ ਮੈਸੇਜ ਕਰਕੇ ਵੀ ਇਸਕੇ ਬਾਰੇ ਮੈਂ ਜਾਣਕਾਰੀ ਹਾਸਿਲ ਕਰ ਸਕਤੇ ਹੋ। ਨੈਕਸਟ ਆਰਟੀਕਲ ਹੈਗਾ ਜੀ ਡਸਟੀ ਮੋਵ ਕਲਰ, ਸਾਰਾ ਜਿਊਲਰੀ ਵਰਕ ਦੇ ਨਾਲ ਬਣਿਆ, ਟੋਨ ਟੂ ਟੋਨ ਜੀ। ਆਹ ਦੇਖੋ, ਇਹ ਸਾਰਾ ਹੈਂਡ ਵਰਕ ਦਾ ਹੈਵੀ ਲੁੱਕ ਲਹਿੰਗਾ ਚੋਲੀ ਹੈ ਜੀ। ਲਾਈਲੈਕ ਮੋਵ ਕਲਰ ਆਏਗਾ ਜੀ, ਇਹ ਮੋਟਿਵ ਦੇਖੋ ਕਿੰਨੇ ਸ਼ਾਨਦਾਰ ਬਣੇ ਨੇ, ਬਹੁਤ ਹੀ ਪਿਆਰੇ ਮੋਟਿਵ ਨੇ। ਫਲੇਅਰ ਘੁਮਾਓ ਬੇਟਾ, ਇਹਦਾ ਥੋੜ੍ਹਾ ਹਲਕਾ ਜਿਹਾ ਫਲੇਅਰ ਘੁਮਾ ਕੇ ਦਿਖਾ ਦੇ। ਲਓ ਜੀ, ਆਹ ਲੁੱਕ ਆਉਣੀ ਹੈ, ਚੋਲੀ ਦਾ ਬਲਾਊਜ਼ ਦੇਖ, ਬਲਾਊਜ਼ ਕੱਟ ਚੋਲੀ ਹੈ ਇਹਦੀ, ਸਾਰੀ ਹੈਂਡ ਵਰਕ ਦੀ ਚੋਲੀ ਹੈ। ਸਲੀਵਸ ਦੀ ਆਪਸ਼ਨ ਹੈਗੀ ਹੈ ਸਭ ਦੇ ਨਾਲ, ਜਿੱਦਾਂ ਦੇ ਕੋਈ ਸਲੀਵਸ ਲਾਈਕ ਕਰੇਗਾ ਉਦਾਂ ਦੀ ਬਣ ਸਕਦੀ ਨੇ। ਵੈਸੇ ਸਲੀਵਸ ਆਉਂਦੇ ਨਾਲ, ਠੀਕ ਹੈ ਨਾ, ਸਲੀਵਸ ਲੱਗ ਜਾਣਗੇ ਜਿੰਨੇ ਵੀ ਤੁਸੀਂ ਕਹੋਗੇ। ਆਹ ਬੈਕ ਆਏਗੀ ਇਹਦੀ ਚੋਲੀ ਦੀ, ਬੜਾ ਹੀ ਪਿਆਰਾ ਕਲਰ ਹੈ ਜੀ, ਇੰਗਲਿਸ਼ ਕਲਰ ਹੈ, ਬਹੁਤ ਪਿਆਰਾ। ਜਿਸ ਕੁਛ ਕਸਟਮਰ ਨਾਲ ਸਾਡੇ ਕੋਲ ਆ ਕੇ ਦੱਸਦੇ ਨੇ ਥੋੜ੍ਹਾ ਇੰਗਲਿਸ਼ ਕਲਰ ਦਿਖਾਓ, ਇਹ ਉਹ ਕਲਰਸ ਨੇ ਡਿਜ਼ਾਈਨਰ ਦੇ। ਮੋਵ ਕਲਰ ਦਾ ਪੂਰਾ ਹੈਵੀ ਲੁੱਕ ਲਹਿੰਗਾ ਚੋਲੀ ਹੈ ਜੀ, ਰਿਸੈਪਸ਼ਨ ਲਈ ਇੱਕਦਮ ਬੈਸਟ ਹੈ, ਬ੍ਰਾਈਡਲ ਲਈ ਵੀ ਤੁਸੀਂ ਕਰ ਸਕਦੇ ਹੋ, ਕਿਉਂਕਿ ਬ੍ਰਾਈਡਲ ਲਈ ਵੀ ਅੱਜ ਕੱਲ੍ਹ ਜਿਹੜਾ ਟ੍ਰੈਂਡ ਹੈ ਥੋੜ੍ਹਾ ਚੇਂਜ ਹੈ, ਡਿਫਰੈਂਟ ਕਲਰ ਚੱਲਦੇ ਨੇ ਸਾਰੇ। ਕਿੰਨਾ ਬੇਟਾ ਆਈਟਮ ਨੰਬਰ ਹੀ ਹੈ? ਇਹ ਆਈਟਮ ਨੰਬਰ ਹੈ ਅੱਜ ਕੀ 6। 6 ਨੰਬਰ ਆਈਟਮ ਹੈ ਜੀ, ਲਾਈਲੈਕ ਮੋਵ ਕਲਰ ਦਾ ਲਹਿੰਗਾ ਚੋਲੀ ਹੈ, ਇਹ ਬੜਾ ਹੀ ਪਿਆਰਾ ਖੂਬਸੂਰਤ ਲਹਿੰਗਾ ਚੋਲੀ। ਚਲੋ ਜੀ, ਨੈਕਸਟ ਲਓ ਬੇਟਾ। ਨੈਕਸਟ ਆਰਟੀਕਲ ਦਿਖਾ ਰਹੇ ਹਾਂ ਬ੍ਰਾਈਡਲ ਕੇ ਪ੍ਰੋਪਰ ਕਲਰਸ, ਕੋਰਲ ਕਲਰ ਕਾ ਰੋਜ਼ ਸਿਲਕ ਕਾ ਪੀਸ ਹੈ ਜੀ। ਇਹ ਦੇਖੀਏ ਜੀ, ਇਸ ਕੇ ਉੱਪਰ ਵਰਕ ਹੋਇਆ ਸਾਰਾ ਰੇਸ਼ਮ ਮਿਰਰ ਡੋਰੀ ਮੇ, ਬੈਲਟ ਪੇ ਵਰਕ ਹੈ, ਇਹ ਐਸੇ ਲਾਈਨਸ ਆਏਗੀ, ਨੀਚੇ ਸਾਰੇ ਐਸੇ ਮੋਟਰੀ ਫਸਾਏਗੇ, ਪੂਰਾ ਜਾਲ ਲੁੱਕ ਪੀਸ ਬਣਾ ਹੋਇਆ ਘੇਰੇ ਪੇ। ਇਹ ਵੀ ਨੀਟ ਐਂਡ ਕਲੀਨ ਵਰਕ ਹੈ ਜੀ, ਕੋਰਲ ਕਲਰ ਕਾ ਪੀਸ ਹੈ ਜੀ, ਬ੍ਰਾਈਡਲ ਵੇਅਰ ਲਹਿੰਗਾ ਚੋਲੀ। ਇਹ ਲੁੱਕ ਆਏਗੀ ਪੀਸ ਕੀ, ਫਲੇਅਰ ਦੇਖੋ ਕਿਤਨਾ ਅੱਛਾ ਹੈ, ਫਾਈਨ ਫੈਬਰਿਕ ਹੈ, ਫਾਈਨ ਕਲਰਸ ਹੈ, ਫਾਈਨ ਵਰਕ ਹੈ। ਚੋਲੀ ਵੀ ਇਸਕਾ ਸਟਾਈਲ ਜਿਹੜਾ ਸਟਿਚਿੰਗ ਕਾ ਵੋ ਵੀ ਸਭਿਆਸਾਚੀ ਸਟਾਈਲ ਕਾ ਹੈ, ਅੱਜ ਕੱਲ੍ਹ ਟ੍ਰੈਂਡ ਹੈ, ਲੜਕੀਆਂ ਆ ਕੇ ਕਹਿਤੀ ਹੈ ਵੀ ਮੁਝੇ ਇਹ ਸਟਾਈਲ ਚਾਹੀਏ ਚੋਲੀ ਕਾ, ਤੋ ਹਮਨੇ ਵੀ ਸੈਂਪਲ ਸਟਿਚ ਕਰਵਾਏ ਹੋਏ ਹੈ, ਐਸੇ ਸਟਿਚਿੰਗ ਆਰਟ ਹੋਗਾ ਸਭ ਕਾ ਚੋਲੀ ਕਾ ਨਾ। ਇਹ ਦੇਖੀਏ, ਇਹ ਚੋਲੀ ਪੇ ਵਰਕ ਹੋਇਆ, ਪੂਰਾ ਹੈਂਡ ਵਰਕ ਹੈ ਚੋਲੀ ਪੇ ਵੀ, ਬੜਾ ਹੀ ਪਿਆਰਾ ਕੋਰਲ ਕਲਰ ਕਾ ਲਹਿੰਗਾ ਚੋਲੀ ਹੈ, ਇਹ ਪਿਓਰ ਸਿਲਕ ਕੇ ਉੱਪਰ ਹੈ, ਔਰ ਜੋ ਦੁਪੱਟਾ ਜੋ ਇਸਕਾ ਆਏਗਾ ਵੋ ਕੰਟਰਾਸਟ ਆਏਗਾ।
आजकल थोड़ा कंट्रास्ट का भी ट्रेंड है ना, दुपट्टे दो भी चलते हैं, एक सेम कलर होते हैं, एक कंट्रास्ट चलता है। जैसे ये कंट्रास्ट बना, अगर दूसरा बनाना है तो सेम कलर का बच जाएगा। अगर किसी ने एक ही रखना है इसी को, सेम कलर करना है, वो भी ऑप्शन है। ये दुपट्टे पे वर्क है, फोर साइड हैवी दुपट्टा बना हुआ, बीच में बूटी आएगी, बेबी पिंक कलर का कंट्रास्ट है दुपट्टा साथ में, कोरल के साथ ना बेबी पिंक कलर का कॉम्बिनेशन है। ये लुक आएगी जिस सारी पीस की। ये आज की आइटम नंबर 7 है। आइटम नंबर 7 कोरल कलर का लहंगा चोली है, 2 पीस लहंगा चोली, प्रॉपर ब्राइडल। नेक्स्ट आर्टिकल का जो है ना लहंगे का चोली का, आपको दिखाएंगे लॉन्ग पेपलम के साथ, बड़ा ही हीटेड डिजाइन है हमारा ये। ये देखिए मजंटा कलर का ना पेपलम बना हुआ है, हैवी लुक सारा हैंडवर्क में। पहले मैं आपको स्लीव्स दिखाता हूँ, स्लीव शो करता हूँ, सारा नोट्स वर्क सिला हुआ है इसमें, मीनाकारी में सारा सिला हुआ है जी ये नोट्स वर्क। ये इसकी बॉडी की लुक आएगी, फ्रंट की, नेक की। ये बेल्ट पे ऐसे वर्क आएगा, और जो कलियों में है ना सारा पूरे मोटिव बने हुए हैं। देखिए ये कलियाँ आएंगी सारी पेपलम की ना, आज शॉर्ट मतलब अनारकली के साथ जो लहंगा चल रहा है ना, ये वो कंसेप्ट है। ये लुक देखिए, नीचे इसके सेम कलर का लहंगा चोली आएगा, ओ लहंगा आएगा, ऐसे ही बॉर्डर बना हुआ है, बूटी बनी हुई है नीचे तक। ये लुक आएगी जी, ये प्लेन मतलब लहंगा बूटी वाला, ताकि डबल लेयर में ना शो होए अनारकली के साथ लहंगा, ये वो कंसेप्ट है। एज इट इज इसकी बैक बनी हुई है, ये देखिए बैक भी कितनी नाइस है, ये बैक आएगी, वेरी प्रीटी, सारा हैंडमेड वर्क, जितना भी है हैंड वर्क है। ये टसल्स आएंगे बैक पे, काम देखो आप इसका लहंगा चोली का ना, ये देखिए ये वर्क हुआ है सारा। ये है शॉर्ट अनारकली के साथ लहंगा, ये भी प्रॉपर ब्राइडल वेयर है, ब्राइडल कलर है, मजंटा कलर का प्योर सिल्क के ऊपर है जी, और सारा दरदोजी में सिला हुआ है। ये देखिए ये दुपट्टा आएगा इसका, फोर साइड बॉर्डर दुपट्टा है, देखिए जी ये है अनारकली के साथ लहंगा, प्रॉपर ब्राइडल वेयर, हॉट पिंक कलर, रखो बेटा। ये है आज की आइटम नंबर 8, 8 नंबर आइटम है जी। रेट को मैंने आपको बता दिया, भी कन्फर्म कर सकते हो आप फ़ोन करके, मैसेज करके ना, भी किसका क्या प्राइस है। नेक्स्ट आर्टिकल जो है वो भी मजंटा कलर में है, ये देखिए स्टिचिंग आर्ट और स्टाइल देखना है इसका, बिल्कुल डिफरेंट है, काम तो है ही डिफरेंट है। ये बेल्ट पे देखिए ऐसे बॉक्स बने होंगे, सारा डब्बी डिज़ाइन बोलते हैं हम इसको, नीचे सारा फ्लेयर में ना प्लेट्स आएंगे, टोटल स्टिचिंग आर्ट ही डिफरेंट है ब्राइडल में। नया कट है जी ये, घुमा बेटे इन मड़ा जाए, ये तो घूम जाएगा ना, आधी ये लुक आएगी। अब इसमें कैन कैन सिंगल लेयर लगी है, जब ये स्टिचिंग के लिए जाएगा तो डबल लेयर लग के आएगा, पूरा बाउंसिंग फ्लेयर मिलेगा आपको इसमें। बड़ा ही प्यारा डिज़ाइन है, ये भी काम भी अच्छा है, वेरी एलिगेंट काम है। इसकी टॉप अनस्टिच है, वो साइज के अकॉर्डिंग स्टिच होगी। ये दुपट्टा आएगा, दुपट्टा जो कंट्रास्ट है पिंक कलर का दुपट्टा, लाइट पिंक कलर का, मजंटा के साथ ना पिंक का कॉम्बिनेशन है। ये भी लहंगा चोली है और अनारकली और फुल ड्रेस भी बना सकते हो उसको आप, रखो। ये है आज की आइटम नंबर 9 नंबर आइटम है जी आज की, है लहंगा चोली हॉट पिंक मजंटा प्योर सिल्क के ऊपर। ठीक है बेटा, लो जी आज की जो लास्ट आइटम है वो आपको दिखा रहे हैं, रेड कलर पे मैरूनिश रेड, क्या लहंगा है जी, स्कैल्पिंग में है सारा नीचे बॉर्डर, काम देखना आज जैसे रेशम का काम चल रहा है ना, हैंगिंग ऐसे डोरी पे लटकन्स आएंगे। ये इसके बेल्ट पे वर्क है जी, कटदाने के साथ सारा पल में सिला हुआ है, मिरर आएगा, रेशम आएगा, बहुत ही प्यारा डिज़ाइन है। और इसका स्टिचिंग ये देखो, ये ना स्टाइल देखो इसका, एक बार आपको क्लोज करके दिखाता हूँ। ऊपर ऐसे बूटियों का जाल है, फिर नीचे जाल आएगा सारा थ्रेड के साथ और मिरर का, 4-5 तरह का काम हुआ हुआ है, और नीचे सारा घेरे पे है देखिए, ये ऐसे स्कैल्पिंग में घेरा आएगा सारा, पूरे फ्लेयर में पूरा ब्रॉड बॉर्डर बना हुआ है, कट वर्क में ना सारा बॉर्डर बना हुआ है,
नज़दीक करके भी आपको काम की क्वालिटी दिखाता हूँ। प्योर सिल्क के गैबर्डाइन सिल्क के ऊपर है जी ये देखिए सारा मिरर रेशम थ्रेड ब्यूटीफुल डिजाइन। ये है प्योर चेरी रेड कलर। ये इसकी बैक आएगी एज इट इज। चोली इसकी भी अनस्टिच है, वो भी साइज के अकॉर्डिंग स्टिच होगी। चोली और ब्लाउज जो है ना सब अच्छे बने हुए हैं, पूरा हैंड वर्क होगा फ्रंट और बैक पे। ब्लाउज भी आपको अच्छे मिलेंगे, दुपट्टा भी लगा दो बेटा इसका एक बार। ये दुपट्टा जी, दुपट्टे पे फोर साइड बॉर्डर है विद बूटी आएगी, सारी ऑल ओवर बूटी है। ये लुक है जी पीस की। ब्राइडल वेयर लहंगा चोली जी, लो जी ऑल ओवर लुक देखो, बड़ा ही प्यारा नाइस कलर है, वर्क भी वेरी एलिगेंट है, बहुत अच्छा वर्क है। लुक हैवी है बट वेट नहीं है। लो जी ये हमारी आज की लास्ट आइटम, आइटम नंबर 10, ब्राइडल रेड कलर में लहंगा चोली प्योर सिल्क के ऊपर। आइटम नंबर 10 ठीक है जी। लो जी जितने भी आपको आज आर्टिकल दिखाए हैं ना सारे वीडियो में, बड़े ही अच्छे कलर्स हैं। शॉप पे विजिट करो को आपको और भी डिज़ाइनिंग बहुत अच्छी मिलेगी, ठीक है ना। तो इस वीडियो को जितना भी आप शेयर करोगे हमें उतना ही अच्छा इसका रिस्पांस मिलेगा। ज़्यादा से ज़्यादा लाइक कीजिए, ज़्यादा से ज़्यादा शेयर कीजिए, ठीक है जी। आज के लिए इतना ही, फिर दोबारा जब भी लाइव होंगे कल को तो आपको थोड़ी इन्फॉर्मेशन दे दी हमारे व्हाट्सएप नंबर की। ये हमारे व्हाट्सएप नंबर है, ठीक है जी। इन नंबरों पे आप कॉल करके मैसेज करके स्क्रीनशॉट लेके अपना आर्टिकल बुक करवा सकते हो, ठीक है जी। आज के लिए इतना ही, फिर दोबारा लाइव होएंगे कल को नए आर्टिकल लेके, कुछ नए डिज़ाइन लेके। ओके बाय, सत श्री अकाल, सबको प्यार भरी सत श्री अकाल जी।